ਅਸੀਂ ਵੀ ਕਹਿ ਦਾਂਗੇ ਕੰਪਰੋਮਾਈਜ਼ ਕਰ ਲਾਂਗੇ ਤੇ ਫਿਰ ਸਾਨੂੰ ਵੀ ਉਹੀ ਪੁਰਾਣਿਆਂ ਵਿੱਚ ਕਿਹਾ ਜਾਵੇਗਾ। ਇਸ ਤੋਂ ਇਲਾਵਾ ਕਨਕਲੂਡ ਕਰੋ ਖੈਰਾ ਸਾਹਿਬ, ਇੱਕ ਸਾਹਿਬ ਜਿਹੜੇ ਦੂਜੇ ਪਾਸੇ ਬੋਲੇ ਸੀ ਉਹਨਾਂ ਦਾ ਟਾਈਮ ਦੇਖੋ ਜਰਾ। ਟਾਈਮ ਮੈਨੂੰ ਤਾਂ ਕੋਈ ਤਰਾਲ ਨਹੀਂ ਨਾ, ਤੁਸੀਂ ਥੋੜਾ ਜਿਹਾ ਦੇਖੋ, ਯੂ ਆਰ ਅ ਵੈਰੀ ਫੇਅਰ ਪਰਸਨ ਐਸ ਫਾਰ ਐਸ ਆਈ ਨੋ ਯੂ, ਆਈ ਨੋ ਯੂ ਪਰਸਨਲੀ। ਸਾਹਿਬ ਚੰਡੀਗੜ੍ਹ ਬਣਿਆ ਕਿੱਥੇ ਹੈ? ਬੁਧਰਾਮ ਜੀ ਨੇ ਕਿਹਾ ਪੰਜਾਬ ਦੇ ਪਿੰਡ ਉਜਾੜੇ ਗਏ, ਇੱਥੇ ਤਾਂ ਇੱਕ ਇੰਚ ਵੀ ਧਰਤੀ ਹਿੰਦੀ ਸਪੀਕਿੰਗ ਨਹੀਂ ਸੀਗੀ, ਫਿਰ ਦੇਵਤਾ ਚੱਕ ਕੇ ਰਹਿਣੇ ਨੂੰ। ਇਹ ਸਾਰੇ ਪਿੰਡ ਖਰੜ ਤਹਿਸੀਲ ਦੇ ਵਿੱਚ ਅਧੀਨ ਆਉਂਦੇ ਸੀਗੇ, ਸਾਡੀ ਜ਼ਮੀਨ 'ਤੇ ਬਣਿਆ, ਸਾਡੇ ਵਾਸਤੇ ਬਣਿਆ। 1948 'ਚ ਇਹਨੂੰ ਕੰਸੀਵ ਕੀਤਾ ਗਿਆ, ਪੰਜਾਬ ਦੀ ਰਾਜਧਾਨੀ ਬਣਿਆ। ਜਿੱਦਾਂ ਕਹਿਤਾ ਪੇਰੈਂਟ ਸਟੇਟ, ਜਦੋਂ ਵੀ ਝਗੜਾ ਹੋਇਆ ਦੋ ਸਟੇਟਾਂ ਵਿੱਚ, ਉਹ ਕੋਈ ਵੀ ਕੈਪੀਟਲ ਜਿਹੜਾ ਸੀਗਾ ਉਹ ਪੇਰੈਂਟ ਸਟੇਟ ਨੂੰ ਰਿਟਰੀਵ ਹੋਇਆ, ਚਾਹੇ ਉਹ ਬੰਬੇ ਹੋਵੇ ਜਾਂ ਹੋਰ ਤੁਸੀਂ ਕੋਟ ਕੀਤੇ ਬਹੁਤ ਸਾਰੇ ਆਪਣੇ ਕੈਪੀਟਲ। ਅਤੇ ਪੰਜਾਬ ਦਾ ਕਿਉਂ ਜੀ? ਔਰ ਪੰਜਾਬ ਨੂੰ ਆਪਣੀ ਜ਼ਬਾਨ 'ਤੇ ਆਧਾਰਿਤ ਸੂਬਾ ਲੈਣ ਵਾਸਤੇ ਲੜਨਾ ਪਿਆ, ਫਿਰ ਜੇਲ੍ਹਾਂ 'ਚ ਜਾਣਾ ਪਿਆ, ਧੱਕੇ ਖਾਣੇ ਪਏ।